ਅਸਲਾਮੁਅਲੈਕਮ ਕੀ ਹਾਲ ਜੀ ਦੋਸਤੋ ਠੀਕ ਹੋ ਨਵਾਜ਼ਿਸ਼ ਟਰੈਕਟਰ YouTube ਚੈਨਲ ਤੇ ਖੁਸ਼ ਆਮਦੀਦ ਮੈਂ ਤੁਹਾਡਾ ਹੁਜ਼ ਮੋਹੰਮਦ ਨਵਾਜ਼ਿਸ਼ ਦੋਸਤੋ ਅੱਜ ਦੀ ਵੀਡੀਓ ਅਸੀਂ ਲੈ ਕੇ ਆਏ ਆ ਜੀ MF 240 ਟਰੈਕਟਰ ਦੀ ਵੀਡੀਓ ਐਂਡ ਤੱਕ ਦੇਖਣਾ ਤੁਹਾਨੂੰ ਇਹਦਾ ਮੁਕੰਮਲ ਰਿਵਿਊ ਕਰਵਾਨੇ ਆ ਟਰੈਕਟਰ ਤੁਹਾਨੂੰ ਚੈੱਕ ਕਰਵਾਨੇ ਆ ਸਭ ਤੋਂ ਪਹਿਲੇ ਜੀ ਅਸੀਂ ਕਰਾਂਗੇ ਜੀ ਟਾਇਰਾਂ ਦੀ ਗੱਲ ਅੱਧੇ ਇਹਦੇ ਟਾਇਰ ਹੈਗੇ ਜੇ ਠੀਕ ਹੈ ਬਾਕੀ ਟੁਕ ਸ਼ੁਕ ਤੋਂ ਪਾਕ ਜੇ ਅੱਦੇ ਟਾਇਰ ਨੇ 898 ਦੇ ਟਾਇਰ ਰਹਿ ਗਏ ਨੇ ਉਸ ਤੋਂ ਬਾਅਦ ਜੀ ਅਗਲਾ ਟਾਇਰ ਵੀ ਇਹਦੇ ਦੇਖ ਸਕਦੇ ਜੇ ਅਗਲਾ ਟਾਇਰ ਵੀ 899 ਹੈ ਪਿਛਲਾ ਵੀ 899 ਹੈ ਉਸ ਤੋਂ ਬਾਅਦ ਜੀ ਇਹਦੇ ਰਿਮ ਤੁਸੀਂ ਚੈੱਕ ਕਰੋ ਅਗਲਾ ਰਿਮ ਸਭ ਤੋਂ ਪਹਿਲੇ ਤੁਹਾਨੂੰ ਦਿਖਾਣੇ ਆ ਅਗਲਾ ਰਿਮ ਹੈ ਤੇ ਜਨੂਨ ਨੇ ਜਿਹੜਾ ਕੰਪਨੀ ਦੀ ਤਰਫੋਂ ਆਏ ਨਹੀਂ ਜੀ ਹੋਈ ਇਹਦੇ ਰਿਮ ਰੂਮ ਨੇ ਠੀਕ ਹੈ ਪਿਛਲੇ ਵੀ ਦੇ ਅੰਮੇ ਦੇ ਦੇਖ ਸਕਦੇ ਜੀ ਰੀਮਾ ਦਾ ਕਲਰ ਦੇਖ ਸਕਦੇ ਜੀ ਜੰਗਾਲ ਪਿਆ ਹੈ ਹਾਲ ਥੋੜੀ ਜੀ ਰੀਮਾ ਦੀ ਡਾਊਨ ਹੋਈ ਹੈ ਉਸ ਤੋਂ ਬਾਅਦ ਜੀ ਅਸੀਂ ਹੁਣ ਕਰਾਂਗੇ ਇਹਦੇ ਇੰਜਨ ਦੀ ਗੱਲ ਅੱਧਾ ਇੰਜਨ ਹੈਗਾ ਜੀ ਇਹਦਾ ਠੀਕ ਆ ਬਾਕੀ ਫਿੱਟ ਹੈਗਾ ਵਾ ਘੱਟਾ ਛਟਾ ਪਿਆ ਹੈ ਕਰਦਾ ਹੀ ਚੱਲਿਆ ਤੇ ਹੁਣ ਤਾਂ ਬੜੀ ਧੀਰ ਦਾ ਹੈ ਖੜਾ ਹੈਗਾ ਅੰਦਰਲਾ ਹਿੱਸਾ ਵੀ ਤੁਸੀਂ ਦੇਖ ਸਕਦੇ ਜੀ ਗੀਅਰ ਬਾਕਸ ਦੇਖ ਸਕਦੇ ਜੀ ਠੀਕ ਆ ਬਿਲਕੁਲ ਸਾਫ਼ ਹੈ ਹੁਣ ਅਸੀਂ ਜੀ ਗੱਲ ਕਰਾਂਗੇ ਇਹਦੇ ਪਿਛਲੇ ਹਿੱਸੇ ਦੀ ਪਿਛਲਾ ਹਿੱਸਾ ਜਨੂਨ ਜਨੂਨ ਨਾ ਚਾਬੀ ਤੱਕ ਨਹੀਂ ਲਪਈ ਹੈ ਹਾਂਡਾ ਵੀ ਇਹਦਾ ਚੇਂਜ ਨਹੀਂ ਹੋਇਆ ਬਿਲਕੁਲ ਜਨੂਨ ਹੈਗਾ ਵਾ ਉਸ ਤੋਂ ਬਾਅਦ ਇਹਦੇ ਰਿਮ ਤੁਹਾਨੂੰ ਅੰਦਰਲੀ ਸਾਈਡ ਦੇ ਦਿਖਾਣੇ ਆ ਲਓ ਜੀ ਅੰਦਰਲਾ ਰਿਮ ਵੀ ਤੁਸੀਂ ਦੇਖ ਸਕਦੇ ਜੀ ਅੰਦਰਲਾ ਰਿਮ ਵੀ ਬਿਲਕੁਲ ਠੀਕ ਹੈ ਜੀ ਨੇ ਉਸ ਤੋਂ ਬਾਅਦ ਇਧਰਲਾ ਵੀ ਤੁਸੀਂ ਚੈੱਕ ਕਰ ਸਕਦੇ ਜੀ ਰਿਮ ਇਹ ਵੀ ਬਿਲਕੁਲ ਜਨੂਨ ਹੈ ਗੰਦੇ ਗੁੰਦੇ ਹੋਏ ਨੇ ਜਰਾ ਇਸ ਵਜ੍ਹਾ ਤੋਂ ਲੱਗ ਰਹੇ ਨੇ ਉਸ ਬਾਅਦ ਜੀ ਇਹਦੇ ਮਗਰਾਟ ਦੇਖ ਸਕਦੇ ਜੇ ਮਗਰਾਟ ਇਹ ਇਧਰਲਾ ਤੇ ਅੱਧਾ ਟੁੱਟਾ ਜੇ ਕਲਰ ਵੀ ਦੇਖ ਸਕਦੇ ਜੇ ਉਹਦੀ ਨਿਸਬਤ ਇਧਰਲਾ ਮਗਰਾਟ ਬਿਲਕੁਲ ਠੀਕ ਹੈ ਗਾਵਾ ਇਹਦਾ ਕਲਰ ਵੀ ਠੀਕ ਹੈ ਟੁੱਟਾ ਵੀ ਨਹੀਂ ਗਾ ਠੀਕ ਹੈ ਠੀਕ ਹੈ ਜੀ ਹੁਣ ਇਧਰਲਾ ਟਾਇਰ ਵੀ ਤੁਹਾਨੂੰ ਦਿਖਾ ਦਈਏ ਕੋਈ ਟਕਸ਼ੁਕ ਨਹੀਂ ਹੈ ਇਧਰਲੇ ਟਾਇਰ ਨੂੰ ਵੀ ਤੇ ਇਹ ਵੀ ਅੱਧੇ ਅੱਧੇ ਟਾਇਰ ਹੈਗੇ ਨੇ ਉਹ ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕਿਆ ਵਾਂ ਅਗਲਾ ਟਾਇਰ ਵੀ ਦੇਖ ਸਕਦਾ ਜੀ ਇਹ ਵੀ ਅੱਧਾ ਹੈਗੇ ਚੌਂਕਰਾ ਟਾਇਰਾਂ ਦਾ ਜਿਹੜਾ ਹੈ ਨਾ ਅੱਧਾ ਹੈਗਾ ਵਾ 98 ਇਧਰਲਾ ਰਿਮ ਵੀ ਤੁਸੀਂ ਅਗਲਾ ਦੇਖ ਸਕਦੇ ਜੀ ਠੀਕ ਆ ਇਹ ਪਿਛਲਾ ਰਿਮ ਵੀ ਦੇਖ ਸਕਦੇ ਜੀ ਰਿਮ ਥੋੜੇ ਜਿਹਾ ਡਾਊਨ ਹੈਗੇ ਨੇ ਕਲਰ ਵੀ ਇਹਦਾ ਡਾਊਨ ਹੋਇਆ ਹੈ ਇਹ ਕਾਫੀ ਦੇਰ ਦਾ ਜੀ ਇੱਕ ਹੀ ਜਗ੍ਹਾ ਤੇ ਖੜਾ ਹੈਗਾ ਟਰੈਕਟਰ ਠੀਕ ਆ ਹੁਣ ਤੁਹਾਨੂੰ ਇਧਰਲਾ ਵੀ ਇੰਜਨ ਇਧਰੋਂ ਵੀ ਚੈੱਕ ਕਰਵਾ ਦਈਏ ਕ੍ਰੈਂਕੇ ਦੀ ਬੰਦ ਹੈਗੀ 10 ਤੇ ਇਹਦੀ ਕ੍ਰੈਂਕ ਹੈਗੀ ਹੈ ਪੰਪ ਵੀ ਅੱਧਾ ਹੋਇਆ ਵਾ ਇੰਜਨ ਅੱਧਾ ਹੈਗਾ ਵਾ ਇਹਦਾ ਬਾਕੀ ਇੰਜਨ ਫਿੱਟ ਫੁੱਟ ਹੈਗਾ ਵਾ ਕਿਸੇ ਕਿਸਮ ਦਾ ਕੋਈ ਨੁਕਸ ਨਹੀਂ ਹੈ ਇੰਜਨ ਨਾਲੋਂ ਗਾਰੰਟੀ ਹੋਏਗੀ ਠੀਕ ਹੈ ਜੀ ਦੋਸਤੋ ਹੁਣ ਕਰਦੇ ਆਂ ਜੀ ਗੱਲ ਦੀ ਸ਼ੋਹ ਦੀ ਸ਼ੋ ਇਹਦੀ ਲਾ ਕੇ ਰੱਖੀ ਏ ਬਾਕੀ ਸ਼ੋ ਦਾ ਕਲਰ ਵੀ ਅੱਦਾ ਹੈਗਾ ਵਾ ਠੀਕ ਆ ਬੈਟਰੀ ਇਹਦੀ ਲਾਈ ਏ ਬੈਟਰੀ ਨਾਲ ਮਿਲੇਗੀ ਬਾਕੀ ਸਲਫ ਸਟਾਰ ਟਰੈਕਟਰ ਏ ਬੰਪਰ ਇਹਨੂੰ ਕੋਈ ਨਹੀਂ ਲੱਗਾ ਛਾਤੇ ਨੂੰ ਕੋਈ ਨਹੀਂ ਲੱਗੀ ਹੋਕੇ ਨੂੰ ਲੱਗੀ ਏ ਇਹ ਟਰੈਕਟਰ 1990 ਮਾਡਲ ਆ ਕਾਗਜ਼ ਇਹਦੇ ਕੋਈ ਨਹੀਂ ਜੇ ਆਕੇ ਠੀਕ ਆ ਸਟਾਮ ਮਿਲੇਗਾ ਅਗਰ ਕਿਸੇ ਭਾਈ ਲੈਣਾ ਹੋਵੇ ਉਹਨੂੰ ਸਟਾਮ ਦਿੱਤਾ ਜਾਏਗਾ ਕਾਗਜ਼ ਨਹੀਂ ਦੇ ਆਗੇ ਫਾਰ ਸੇਲ ਹੈ ਜ਼ਿਲ੍ਹਾ ਸ਼ਿਕਪੁਰਾ ਦੀ ਲੋਕੇਸ਼ਨ ਹੈ ਇਹ ਸਾਡਾ ਰਾਬਤਾ ਨੰਬਰ ਹੈ ਜਿਹੜੇ ਭਾਈ ਨੂੰ ਚਾਹੀਦਾ ਹੋਵੇ ਉਹ ਕਮੈਂਟ ਦੇ ਵਿੱਚ ਰਾਬਤਾ ਕਰ ਸਕਦਾ ਹੈ ਜੀ ਮਜ਼ੀਦ ਵੀਡੀਓ ਅਛੀ ਲੱਗੇ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚਦੀ ਰਹੇ